हाँ जी सत श्री अकाल सारिआं नूं, मैं तुहाडा अपना लखी शेरगिल अज बई आ दिखाउण लग्गिआ आईले दा रात दा नज़ारा। बहुत ही वधिया लोकेशन आ गई, जिहड़ा भी वीर आईले आउंदा गा ना, जिहड़ा कोई अमेरिका दा वीडियो देखदा ते उह इत्थे जरूर आके जायो। ये जगह बहुत सोहनी जगह गी, इरवाइन कैलीफोर्निया च आउटलैट हैगा ते आ रात दा नज़ारा उत्थे दा देखो। झूला जहा लग्या हुआ चंडोल जिन्हों आप कह दें, तो लाइटा लूटा बहुत वधिया। हाँ देखो आ इन्हों की एंट्रेंस है, जिन्होंने आप इतने आने गे इतने अपना पार्किंग भी है, तो उत भी ला सकते हैं, तो पेड़ पार्किंग भी है। 10 डॉलर लेंदे आ जिदा ये पीड पार्किंग दे, ते आपे गड्डी जिदा लाए आउंदे खड़ाए आउंदे आगे, ते बाद च तुसीं आके दस देना हुंदा अपना जिहड़ा नंबर वगैरह आपां नूं दित्ता हुंदा। आ देख सकदे हो तुसीं लाइटां लूटां जिदा आ लगियां हुंदियां, बहुत ही वधिया माहौल हुंदा गा रात नूं। दिने भी ठीक हुंदा पर रात नूं आवे, रात नूं तां लाइटां लूटां सारियां लगियां करके होर वधिया बन जांदा, जिदा बहुत सोहनी जगह लगदी आ रात नूं। तां आउटलैट हैगा, खाण पीण नूं भी चीज़ां हैगियां, थिएटर भी हैगा जे किसी ने जिदा मूवी वगैरह देखण जानी होवे। क्यों असीं भी मूवी देखण गए सीगे इत्थे, अपने हिंदी मूवियां भी लगदियां ने ते इंग्लिश तां चलो लगनी लगनियां, आ साउथ सूथ वालियां उह भी लगदियां ने सारियां। ਵਧੀਆ ਜਗ੍ਹਾ ਪੂਰੀ ਦੇਖ ਸਕਦੇ ਹੋ ਤੁਸੀਂ, ਅੰਦਰ ਵੀ ਬੁਫਾਰੇ ਵਗੈਰਾ ਤਾਂ ਜਿੱਦਾਂ ਲੱਗੇ ਪੂਰੇ। ਇਹ ਰਾਤ ਨੂੰ 10 ਵਜੇ ਤੱਕ ਖੁੱਲ੍ਹੀ ਹੁੰਦੀ ਹੈਗੀ ਇਹ ਜਗ੍ਹਾ, 10 ਵਜੇ ਤੋਂ ਬਾਅਦ ਬੰਦ ਕਰ ਦਿੰਦੇ ਆ ਸਾਰਾ ਕੁਛ। ਆਹ ਦੇਖ ਲਓ ਆਹ ਕਿੰਨੇ ਸੋਹਣੇ ਲੱਗਦੇ ਦਰੱਖਤਾਂ 'ਤੇ ਲੜੀਆਂ ਜੀ ਲਾਈਆਂ, ਤਾਂ ਕਰਕੇ ਜਿਹੜੇ ਵੀ ਵੀਰ ਨੇ ਜੇ ਕੋਈ ਆਪਣਾ ਅਮੈਰੀਕਾ ਵਾਲਾ ਵੀਡੀਓ ਦੇਖੂਗਾ ਉਹਨੇ ਕਿਸੇ ਨੇ ਜਾਣਾ ਵੀ ਹੋਇਆ ਤਾਂ ਆਪਦਾ ਥੋੜ੍ਹਾ ਅਰਲੀ ਜਾਇਓ ਹੈ ਨਾ, ਜੇ ਤਾਂ 7-8 ਵਜੇ ਵਗ ਜਾਵੇ ਮੈਂ ਅੱਜ ਦੇ ਦਿਨਾਂ 'ਚ ਜਾਣਾ ਹੋਵੇ। ਨਾਲੇ ਬੰਦਾ ਹੋਰ ਸ਼ੋਪਿੰਗ ਵਗੈਰਾ ਕਰ ਲਿਆਉਂਦੇ, ਇੱਥੋਂ ਹੈਗੇ ਸਾਰੇ ਬ੍ਰਾਂਡ ਬਰੂੰਡ ਉਹ ਵੀ ਹੈਗੇ ਇੱਥੇ ਆਊਟਲੈਟ ਕਰਕੇ, ਕਾਫੀ ਚੀਜ਼ਾਂ ਨੇ ਹੋਰ ਵੀ। ਆ ਥੀਏਟਰ, ਥੀਏਟਰ ਹੈਗਾ ਆ ਬੁਫਾਰੇ ਜੀ, ਦੇਖੋ ਕਿੰਨੇ ਸੋਹਣੇ ਲੱਗਦੇ ਲੱਗੇ ਹੋਏ। ਆ ਦੇਖ ਸਕਦੇ ਅੰਦਰ ਸਿਨਮੇ 'ਚ ਤਾਂ ਕਿੰਨੀਆਂ ਵਧੀਆ ਲਾਈਟਾਂ ਲੂਟਾਂ ਲੱਗੀਆਂ, ਬਹੁਤ ਹੀ ਸੋਹਣਾ ਲੱਗਦਾ ਗਾ। ਪੂਰਾ ਵਧੀਆ ਮਾਹੌਲ ਆ ਗਿਆ, ਜਿੱਦਾਂ ਕਈ ਚੀਜ਼ਾਂ ਇਲੇ 'ਚ ਹੈਗੀਆਂ ਜਿਹੜੀਆਂ ਸਵੇਰੇ ਜਾ ਕੇ ਦੇਖਣ ਵਾਲੀਆਂ ਨੇ, ਅਤੇ ਕਈ ਜਗ੍ਹਾ 'ਤੇ ਰਾਤ ਨੂੰ ਜਾਣਾ ਹੋਵੇ ਉਹ ਰਾਤ ਨੂੰ ਵਧੀਆ ਲੱਗਦੀਆਂ ਨੇ। ਜਿਵੇਂ ਆਹ ਜਗ੍ਹਾ ਮੈਂ ਇੱਥੇ ਦਿਨੇ ਵੀ ਗਿਆ ਹੋਇਆ ਅਤੇ ਪਰ ਰਾਤ ਨੂੰ ਮੈਨੂੰ ਹੁਣ ਵਧੀਆ ਲੱਗਿਆ, ਰਾਤ ਨੂੰ ਜ਼ਿਆਦਾ ਵਧੀਆ ਹੈਗਾ ਜਿੱਦਾਂ ਲਾਈਟਾਂ ਲੂਟਾਂ ਕਿਉਂਕਿ ਸਾਰੀਆਂ ਲੱਗੀਆਂ ਕਰਕੇ। ਇਹ ਸਿਨੇਮਾ ਵੀ ਵਾਹਵਾ ਵੱਡਾ ਆ ਗਿਆ ਜਿੱਦਾਂ,
ਆ ਮੂਵੀ ਤੋਂ ਬਾਅਦ ਦਾ, ਮੂਵੀ ਦੇਖ ਕੇ ਬਾਅਦ 'ਚ ਇੱਧਰੋਂ ਫੁਹਾਰੇ ਜੇ ਕਈ ਜਗ੍ਹਾ 'ਤੇ ਲਾਏ ਹੋਏ ਤਾਂ ਲਾਈਟਾਂ ਦਾ ਦਿਨ ਚੜ੍ਹਿਆ ਪਿਆ ਇਹਨਾਂ ਦਾ, ਇੰਨੀਆਂ ਤਾਂ ਇੱਥੇ ਲਾਈਟਾਂ ਲੱਗੀਆਂ ਹੁੰਦੀਆਂ ਨੇ। ਬਹੁਤ ਲੋਕ ਆਉਂਦੇ ਹੈਗੇ ਇੱਥੇ ਕਿਉਂਕਿ ਰਾਤ ਨੂੰ ਵਧੀਆ ਕਰਕੇ ਨਾ, ਲੋਕੇਸ਼ਨ ਬਹੁਤ ਵਧੀਆ ਹੈਗੀ। ਬਹੁਤ ਲੋਕ ਆਉਂਦੇ ਹੈਗੇ ਇੱਥੇ ਜਿੱਦਾਂ, ਨਾਲ ਤਾਂ ਸ਼ੋਪਿੰਗ ਵਗੈਰਾ ਕਰ ਜਾਂਦੇ ਆ, ਨਾਲੇ ਇੱਦਾਂ ਘੁੰਮ ਫਿਰ ਜਾਂਦੇ ਹੈਗੇ। ਆ ਕ੍ਰਿਸਮਿਸ ਦੇ ਟ੍ਰੀ ਜੀ ਲਾਏ ਹੋਏ ਨੇਗੇ, ਮਹੀਨਾ ਕਰ ਗਿਆ ਕ੍ਰਿਸਮਿਸ 'ਚ। ਦੇਖ ਲਓ ਸਾਰੇ ਆਲੇ ਦੁਆਲੇ ਜਿੰਨਾ ਵੀ ਆਊਟਲੈਟ ਹੈ ਸਾਰੇ ਨਵੇਂ ਆਹ ਦਰਖਤ ਜੇ ਲੱਗੇ, ਅਤੇ ਸਾਰਿਆਂ ਦੀ ਇੱਦਾਂ ਲਾਈਟਾਂ ਲੱਗੀਆਂ ਹੋਈਆਂ। ਦੁਬਾਰੇ ਫਿਰ ਦੱਸਦਾ, ਜਿਹੜਾ ਵੀ ਵੀਰ ਅਮੈਰੀਕਾ ਜੇ ਵੀਡੀਓ ਦੇਖੂਗਾ ਹੈ ਨਾ, ਅਤੇ ਜੇ ਉਹ ਆਈਲੇ ਵਗੈਰਾ ਕਦੇ ਜਾਂਦਾ ਘੁੰਮ ਫਿਰਨ, ਕਿਉਂਕਿ ਭੈਣ ਭਾਈ ਜਾਂਦੇ ਹੀ ਹੁੰਦੇ ਆਈਲੇ ਘੁੰਮ ਫਿਰਨ ਜਾਂਦੇ ਰਹਿੰਦੇ ਆ, ਇੱਥੇ ਜ਼ਰੂਰ ਜਾਇਓ। ਅਰਵਾਈਨ, ਅਰਵਾਈਨ ਦਾ ਆਊਟਲੈਟ ਆ ਇਹ, ਅਰਵਾਈਨ ਲੋਸ ਐਂਜਲਸ ਕੋਲ ਆ, ਉੱਥੇ ਪੈ ਜਾਂਦਾ ਹੈਗਾ। ਬਹੁਤ ਵਧੀਆ ਏਰੀਆ ਹੈਗਾ ਇਹ। ਅਤੇ ਜਿਹੜੇ ਵੀ ਵੀਰ ਆਪਣੀ ਵੀਡੀਓ ਫੇਸਬੁੱਕ 'ਤੇ ਦੇਖਣਗੇ ਉਹ ਲਾਈਕ ਅਤੇ ਫੋਲੋ ਜ਼ਰੂਰ ਕਰਿਓ, ਅਤੇ ਜਿਹੜੇ ਯੂਟਿਊਬ 'ਤੇ ਦੇਖਣਗੇ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਆਪਣਾ ਚੈਨਲ। ਇੱਦਾਂ ਹੀ ਕੁਛ ਨਾ ਕੁਛ ਵੀਡੀਓ ਆਪਾਂ ਪਾਉਂਦੇ ਰਹਾਂਗੇ, ਕੋਈ ਨਾ ਕੋਈ ਚੀਜ਼ ਨਵੀਂ ਦਿਖਾਉਂਦੇ ਰਹਾਂਗੇ ਨਾ। ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਉੱਪਰ ਆ ਕ੍ਰਿਸਮਿਸ ਟ੍ਰੀ ਲਾਇਆ ਹੋਇਆ ਇਹਨਾਂ ਦਾ, ਉਹਦੇ ਲਾਈਟਾਂ ਲੂਟਾਂ ਲੱਗੀਆਂ ਪੂਰੀਆਂ। ਉਹ ਵੀ ਬਹੁਤ ਸੋਹਣਾ ਲੱਗਦਾ ਕ੍ਰਿਸਮਿਸ ਟ੍ਰੀ, ਉਹਦੀਆਂ ਲਾਈਟਾਂ ਚੱਲਦੀਆਂ। ਵਧੀਆ ਜਗ੍ਹਾ ਜਿੱਦਾਂ ਘੁੰਮਣ ਫਿਰਨ ਨੂੰ ਤਾਂ ਬੰਦਾ ਜਾਵੇ, ਸੋਹਣੀ ਲੋਕੇਸ਼ਨ ਹੈਗੀ। ਅਤੇ ਇੰਨੀ ਕੁ ਅਪਡੇਟ ਸ਼ੇਅਰ ਕਰਨੀ ਤੁਹਾਡੇ ਨਾਲ ਜੀ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ, ਸਭ 'ਤੇ ਮਿਹਰ ਭਰਿਆ ਹੱਥ ਰੱਖੇ। ਧੰਨਵਾਦ ਜੀ।